ਉਹ ਇਹਨਾਂ ਨੇ ਉਹ ਬੰਦਾ ਇਹਨੂੰ ਛੱਡਣ ਆ ਗਿਆ, ਕਹਿੰਦਾ ਮੈਨੂੰ ਰਾਹ ਪਾ ਦੇ, ਰਾਹ ਤੇ ਚੜਾ ਦੇ, ਰਾਹ ਤੇ ਚੜਾ ਦੇ। ਤੇ ਜਿਸ ਵੇਲੇ ਰਾਹ ਤੇ ਚੜ ਗਿਆ ਨਾ, ਤੇ ਅੱਲਾ ਤੇਰਾ ਭਲਾ ਕਰੇ, ਅੱਲਾ ਤੇਰਾ ਭਲਾ ਕਰੇ, ਦੋਈ ਜਾਨੇ ਬਾਜ, ਮਤਲਬ ਨਹੀਂ ਉਸ ਵੇਲੇ ਦੀ ਗੱਲ ਆ, ਦੁਆਂ ਨੂੰ ਸੁਣਾਤਾ ਵੀ ਲੱਗਾ ਮੁੜਨ, ਮੁੜਨ ਲੱਗਾ। ਉਹ ਜਿਸ ਵੇਲੇ ਉਥੋਂ ਆਇਆ, ਆ ਕੇ ਉਹਨੇ ਕਿਹਾ ਓਏ ਕੁੜੀ ਆ ਵਿਓਕੇ, ਇਹ ਲਵੇ ਅੰਨਾ ਤੇ ਲੈ ਕੇ ਬਹਿ ਗਿਆ, ਹਾਂ ਤੇਰੇ ਅੰਨੇ ਦੀ ਧੀ ਦੀ ਭੈਣ ਦੀ ਜੋ ਕੁਝ ਵੀ ਉਹਨੇ ਬੋਲਣਾ ਸੀ ਬੋਲਿਆ, ਬੋਲ ਕੇ ਇਹਨਾਂ ਨੇ ਆਪਣੀਆਂ ਟੋਕਰੀਆਂ ਚੁੱਕੀਆਂ ਚੌਕੇ ਤੇ, ਰਾਹੀ ਲੱਗੇ ਪਨੀਰੀ ਗੰਢਿਆਂ ਦੀ, ਗੰਢਿਆਂ ਦੀ ਤੇ ਤਮਾਕੂ ਦੀ ਮਨੀਰੀ ਅੰਨਾ ਬਣ ਕੇ ਲੈ ਲਾ ਲਿਆ। ਬਾਕੀ ਹੁਸ਼ਿਆਰ ਸੀ ਨਾ ਪੂਰੇ, ਰੁੰਬੀਆਂ ਰੁੰਬੀਆਂ ਪੂਰੀਆਂ ਕੋਲ ਸੀ, ਦੇਖ ਲੋ ਉਹਨਾਂ ਵੇਲਿਆਂ ਵਿੱਚ ਵੀ ਇਦਾਂ ਦੇ ਕੰਮ ਹੁੰਦੇ ਸੀ। ਮਤਾਬ ਰਾਈਂਦਿਆਂ ਦੇ ਨਾ ਸੀ ਆਪਣੇ ਕਮਾਦ ਬੀਜ ਡੱਕਿਆ, ਅੱਛਾ ਬੀਜ ਡੱਕਿਆ ਤੇ ਉਸ ਵੇਲੇ ਕਮਾਦ ਚੇਤਰ ਜਾਇ ਦੇ ਵਿੱਚ ਘੱਟ ਹੀ ਫਿਰ ਘੱਟ ਇਹਨੇ ਨਾ ਅਲੀ ਮੁਹੰਮਦ ਨੇ ਇਹਨਾਂ ਨੂੰ ਫਜ਼ਲ ਅਹਿਮਦ ਉਹਨਾਂ ਨੂੰ ਦੂਸਰਿਆਂ ਤੀਸਰਿਆਂ ਨੂੰ ਕਿਹਾ ਬਈ ਲਵੇ ਅੱਜ ਗੰਨੇ ਨਾ ਝੂਪਣੇ ਝੂਪਣੇ ਆ ਰਾਈਆਂ ਦੇ ਜ਼ਰੂਰ, ਠੀਕ ਹੈ ਸਲਾਹ ਬਣਾ ਲਈ। ਸਲਾਹ ਬਣਾ ਕੇ ਉਹਨਾਂ ਨੂੰ ਕਹਿ ਤਾ ਵੀ ਅੱਜ ਗੰਨੇ ਤੁਹਾਡੇ ਜਿਹੜੇ ਆ ਨਾ ਚੋਰੀ ਹੋਣੇ, ਉਹ ਚੋਰੀ ਹੋਣੇ ਆ ਤੇ ਉਂਝ ਆਪਣਾ ਆਪ ਸੰਭਾਲ ਲਓ। ਮੁੰਡੇ ਚਲੇ ਗਏ ਤੇ ਇਹ ਆਪ ਲੱਗ ਪਿਆ ਪਿਸ਼ਾਬ ਕਰਨ, ਮੈਂ ਪਿਸ਼ਾਬ ਕਰ ਲਵਾਂ ਤੇ ਤੁਸੀਂ ਮਤਲਬ ਨੇੜੇ ਪਹੁੰਚੋ ਇਹ ਤੇ ਅਣਝਾਕ ਹੋ ਕੇ ਗਏ। ਉਹ ਵਿੱਚ ਡਾਂਗਾ ਲੈ ਕੇ ਬੈਠੇ ਤਿੰਨੇ ਚਾਰੇ ਭਰਾ, ਲਾਲਾ ਲਾਲਾ ਹੋ ਗਈ। ਉਹਨਾਂ ਨੇ ਕਿਹਾ ਓਏ ਅਲੀ ਮੰਦਾ ਤੂੰ, ਉਹਨੇ ਕਿਹਾ ਹੋਇਆ ਕੀ ਆ, ਉਹਨੇ ਕਿਹਾ ਉਹ ਤੇ ਕੁੜੀ ਹੋਵੇ ਮਤਲਬ ਇਹ ਗਾਣਾ ਉਹਨਾਂ ਨੂੰ ਕੱਢਣ ਪਿਓ ਤੇ ਵਿੱਚ ਬੈਠੇ ਸੀ ਡਿੱਗਣੇ ਸਾਨੂੰ, ਆਹੋ ਉਹ ਦੂਆ ਚੌਥਾ ਦਿਨ ਹੋਇਆ ਨਾ ਤੇ ਫਤਿਹ ਦਿਆਂ ਦੇ ਡੇਰੇ ਗੱਲ ਹੋ ਪਈ, ਗੱਲ ਹੋ ਪਈ ਬਈ ਮਤਾਬ ਨੀ ਕਹਿੰਦੇ ਯਾਰ ਅਲੀ ਮੁਹੰਮਦ ਦੇ ਮੁੰਡੇ ਦਾ ਆਪਣੇ ਦਾ ਜਲਾਲ ਦੇ ਮੁੰਡੇ ਦਾ ਅਲੀ ਮੁਹੰਮਦ ਦਾ ਭਲਾ ਹੋਵੇ ਜਿਹਨੇ ਸਾਡਾ ਕਮਾਦ ਬਚਾ ਲਿਆ, ਬਚਾ ਲਿਆ ਨਹੀਂ ਤੇ ਮੁੰਡਿਆਂ ਕੀਤੀ ਸੀ ਸਲਾਹ, ਉਹਨੇ ਉਹਦਾ ਭਲਾ ਹੋਵੇ ਉਹਨੇ ਸਾਨੂੰ ਦੱਸ ਦਿੱਤਾ ਤੇ ਅੱਜ ਤੁਹਾਡੇ ਗੰਨਿਆਂ ਦਾ ਨੁਕਸਾਨ ਹੋਣਾ। ਪਿਸ਼ਾਬ ਆ ਗਿਆ ਜਿਸ ਵੇਲੇ ਕਮਾਦ ਦੇ ਥੋੜੇ ਪਿਛਾ ਪਿਛਾ ਲੈ ਗਾ, ਉਹ ਇਸ ਤਰ੍ਹਾਂ ਕਰਕੇ ਸ਼ੁਗਲ ਮੁਗਲ ਉਸ ਵੇਲੇ ਕਰਦੇ ਸੀ। ਇਹ ਕਹਿੰਦਾ ਵੀ ਓਦਾਂ ਨਾ ਸਾਡੇ ਅੱਖੀ ਦੇਖਣ ਦੀਆਂ ਗੱਲਾਂ ਵੀ ਅਲੀ ਮੁਹੰਮਦ ਨਾ ਭੂਰੇ ਦਾ ਪੱਲਾ ਭਰ ਕੇ ਨਾ ਮਣ ਡੇਢ ਦੋ ਮਣ ਦਾਣੇ ਪਾ ਕੇ ਭੂਰੇ ਦਾ ਪੱਲਾ ਭਰ ਕੇ ਤੇ ਕਹਿੰਦਾ ਵੀ ਘੋੜੀ ਗਾਹ ਨਹੀਂ ਇੱਧਰ ਦਿੰਦਾ ਹੁੰਦਾ, ਇੰਨੀ ਸਪੀਡ ਸੀ ਦੌੜ ਬੜੀ ਸੀ ਜੀਰੀਆ ਭੂਰੀਆ। ਉਹਨੇ ਬੜੀ ਇਹਦੀ ਗੱਲ ਸੁਣਾਈ, ਉਹਨੇ ਕਿਹਾ ਇਹ ਅਕਸਰ ਨਾ ਰਾਤ ਨੂੰ ਤੇ ਕਹਿੰਦਾ ਵੀ ਦੋ ਢਾਈ ਮਣ ਦਾਣੇ ਪਾ ਕੇ ਨਾ ਭੂਰੇ ਦੇ ਵਿੱਚ ਪੱਲੇ ਚ ਕਹਿੰਦਾ ਉਹਨੇ ਘੋੜੀ ਨੂੰ ਗਾਹ ਨਹੀਂ ਦਿੰਦਾ, ਇੰਨੀ ਦੌੜ ਸੀ ਬਾਈ। ਆਪਣੇ ਕਹਿੰਦੇ ਸ਼ੀਫੇ ਲੁਹਾਰ ਦੀ ਜਿਹੜੀ ਭਰੀ ਹੋਈ ਬੰਨੀ ਹੋਈ ਪਾਂਡਨੀ ਇਹਨੂੰ ਬੰਦਾ ਕੋਈ ਚੁਕਾ ਸਕਦਾ ਸੀ, ਅਗਲੇ ਦਾ ਰਗੜਾ ਕੱਢਦਾ ਸੀ, ਵਜਨ ਬਹੁਤ ਪਾ ਲੈਂਦਾ ਸੀ ਮਨ ਗਿਆ ਸਾਰੇ ਜਿੰਨੇ ਵੀ ਪਸੀਨ ਆਈ ਵੀ।
ਮੰਗਲ ਚਲ ਗਿਆ ਜਾਮ ਚਾਦਰ ਚੁੱਕ ਗੁਆਰਾ ਚਾਦਰ ਤਾਂ ਚੁੱਕੇ ਤੇ ਉਹਦੇ ਫਿਰ ਨਾ ਹੁਣ ਉਹ ਪੰਡ ਸਿੱਟਣ ਚ ਉਹ ਪੰਡ ਸਿੱਟੇ ਉਹ ਸਿੱਟ ਕੇ ਜੋ ਸਿੱਟੇ ਉਹ ਭਾਜੇ ਫੇਰ ਚੁੱਕੇ ਤੇ ਆ ਜੀ ਮੇਰਾ ਖਲ ਜਾਕੋ ਨੇ ਕੀਤੀ ਬਾਬਾ ਤਫੈਲ ਨਾ ਉੱਥੇ ਬੋਲ ਕੋ ਪਿਆ ਸੀਗਾ ਭੈਣਾਂ ਸੀ ਉਹਨੇ ਉਹਦੀ ਨਾ ਇੱਧਰ ਮਨਜੂਰ ਚੱਲੇ ਦੇਬੇ ਨਾਲ ਬੜੀ ਆੜੀ ਸੀ ਉਹ ਨਾ ਇਧਰੋਂ ਹੁਕਾ ਪੀ ਕੇ ਨਾ ਇਧਰ ਬਹਿ ਖਲੋ ਕੇ ਨਾ ਇਸ ਕੋਲੇ ਗਿਆ ਤੇ ਉਹ ਕਿਤੇ ਬਾਜ਼ਾਰ ਚ ਪਈ ਸੀਗੀ ਬੀਬੀ ਰੱਖੀ ਇਹ ਮੰਗਲ ਦਾ ਭੁਲੇਖਾ ਸੀ ਅੱਛਾ ਇਹਨੇ ਕਿਹਾ ਬਈ ਬਾਬਾ ਮੰਗਲ ਪਿਆ ਵਾ ਜਾਂਦੇ ਨੇ ਨਾ ਏਦਾਂ ਫੋਨ ਤੇ ਮਾਰਿਆ ਤੇ ਉਹਦੇ ਨਾਲ ਪੈ ਗਏ ਜੋਰ ਨੱਸਿਆ ਇਹਨੇ ਕਹਿ ਲਿਆ ਵੀ ਇਹ ਤਾਂ ਚਾਚੀ ਪਈ ਆ ਉਹ ਮਰ ਗਿਆ ਜੋਰ ਨੱਸਿਆ ਲਓ ਜੀ ਸਿੱਧਾ ਹੀ ਗਿਆ ਮਰ ਪੇ ਅੱਛਾ ਮੁੜ ਕੇ ਜੀ ਉਹ ਸਵੇਰ ਨੂੰ ਕਦੇ ਟੱਕਰਿਆ ਬਾਬਾ ਨੂਰ ਮਹੰਮਦ ਉਹਨੇ ਕਿਹਾ ਉਹ ਇਸ ਨਾਲ ਉਹਨੇ ਕਿਹਾ ਉਹ ਕੀ ਦੱਸਾਂ ਤੈਨੂੰ ਨੂਰ ਮਹੰਮਦ ਦਾ ਉਹ ਰਾਤੀ ਮੈਂ ਮੰਗਲ ਦੇ ਪੇ ਦੇਖੇ ਚਾਚੀ ਨਾ ਪੈ ਗਿਆ ਇਹ ਮੁੜ ਕੇ ਨਾ ਉਹਦਾ ਰਾਹ ਹੀ ਛੱਡ ਗਿਆ ਅੱਛਾ ਤੇ ਉਹਦਾ ਕਹਿੰਦੀ ਮਰ ਜਾਣਾ ਮੈਨੂੰ ਪਤਾ ਵਾ ਪਤਾ ਤੈਨੂੰ ਮੈਂ ਦੱਸੂਗੀ ਮੈਨੂੰ ਕਦੇ ਟੱਕਰ ਜਾਵੇ ਸਹੀ ਤੂੰ ਤਫੈਲ ਤੇਰਾ ਮੈਂ ਟੋਟਿਆਂ ਨੂੰ ਲਾਹ ਲੂਣ ਤੇ ਉਹ ਦੇਰ ਦੀਆਂ ਗੱਲਾਂ ਬਾਬਾ ਬੁਰਾ ਤੇ 6 ਸਾਲਾਂ ਦੀ ਕੈਦ ਕਰਾ ਦਿੰਦਾ ਸੀ ਬੰਦੇ ਨੂੰ ਟੁਰੇ ਜਾਣ 6 ਸਾਲਾਂ ਦੀ ਕੈਦ ਕਰਾ ਦਿੰਦਾ ਸੀ ਉਹ ਕਿੱਦਾਂ ਜੀ ਇਹਦੇ ਜਦੋਂ ਛੜਾੜਦਾ ਕਰਦੇ ਸੀ ਮੈਂ ਗੱਲਾਂ ਨਾ ਅੱਛਾ ਅੱਛਾ ਬਣਾਤਾ ਗੱਲਾਂ ਟੂਕੇ ਬਣਾਇਆ ਦੇਖ ਲਓ ਜੀ ਕੈਸੀ ਕੈਸੀ ਦੁਨੀਆ ਜਿਹੜੀ ਬਹੁਤ ਕੋੜਾ ਸੀ ਅੱਛਾ ਕੋੜਾ ਸੀ ਬਹੁਤ ਕੋੜਾ ਅੱਛਾ ਸਾਰੇ ਪਿੰਡ ਚੋਂ ਮੈਂ ਕਿਹਾ ਪਹਿਲਾਂ ਲੰਬੜਨੇ ਲਿਆਂਦਾ ਇਹਨਾਂ ਨੇ ਲਿਆਂਦਾ ਹੈਗਾ ਇਹਨੇ ਹਰਾ ਲਿਆਂਦਾ ਸੀ ਉਹਨਾਂ ਨੇ ਫਿਰ ਨਾ ਬਾਅਦ ਚ ਰੂਸੀ ਲਿਆਂਦਾ ਸੀ ਬਾਬੇ ਕਾਮੇ ਕਹਿ ਕੇ ਬਾਬੇ ਗਾਮੇ ਨੇ ਬਾਬੇ ਜਾਮੇ ਨੇ ਦੋਵੇਂ ਭਰਾ ਸੀ ਉਹ ਧੱਕਾ ਸਟਾਰਟ ਸੀ ਟਰੈਕਟਰ ਧੱਕਾ ਵੀ ਉਹਨੂੰ ਵਾਹਵਾ ਲੰਮਾ ਲੱਗਦਾ ਅਸੀਂ ਪ੍ਰਾਇਮਰੀ ਸਕੂਲ ਚ ਪੜ੍ਹਦੇ ਹੁੰਦੇ ਸੀ ਤੇ ਇੱਥੇ ਸੜਕ ਤੇ ਧੱਕਾ ਲਾਉਂਦੇ ਜਾਂ ਛੱਪੜ ਨੀਵਾਂ ਹੁੰਦਾ ਉਧਰ ਨੂੰ ਰੇੜਨਾ ਉਹ ਜੇ ਸਟਾਰਟ ਨਾ ਹੋਣਾ ਫੇਰ ਦੁਬਾਰਾ ਧੱਕਾ ਲਾਉਣਾ ਤੇ ਲੋਕਾਂ ਨੇ ਨਾ ਗੱਲ ਬਣਾ ਲਈ ਉਹਨਾਂ ਨੇ ਕਿਹਾ ਗਾਮੇ ਜਾਮੇ ਨੇ ਮਾਰੀ ਪੱਲੇ ਨੀ ਛੱਡਿਆ ਫੱਕਾ ਮੰਮੋ ਲੋਕਾਂ ਨੂੰ ਵਾਜਾ ਮਾਰੇ ਲਵਾਇਓ ਟਾਇਟਰ ਨੂੰ ਧੱਕਾ ਕਹਾਣਾ ਹੀ ਬਣ ਗਿਆ ਯਾਰ ਚਾਚਾ ਤੁਹਾਡੀ ਜ਼ਿੰਦਗੀ ਦਾ ਕੋਈ ਯਾਦਗਾਰ ਵਾਕਿਆ ਤੇਰੇ ਸਾਹਮਣੇ ਦੱਸਣ ਤੋਂ ਡੇ ਨਹੀਂ ਜਦੋਂ ਵੀ ਨਾ ਬੰਦੇ ਨੂੰ ਆਹ ਮਸਲਾ ਬਣਦਾ
ਤੇ ਇਹ ਕਰੂਗਾ ਨਹੀਂ ਐਦਾਂ ਸਿਰ ਖਿਲਾਓ, ਜੇ ਕਿਤੇ ਬੀਬੀ ਨੂੰ ਬਣ ਜਾਵੇ ਉਹ ਕਰੂਗੀ। ਇਹਦੀ ਕੀ ਲੌਜਿਕ ਆ ਵੇ? ਆਹੀ ਆ ਜਾ ਕਹਿੰਦਾ ਨਹੀਂ, ਆ ਜਾ ਹਜੇ ਵੀ ਆ ਜਾ। ਇੱਕ ਵਾਰੀ ਆ ਮਰੀਆ ਨੀ ਸੀ ਸਫੀਏ ਦਾ ਟੱਬਰ, ਹੋਰ ਨਾਲ ਮਫਤਾਰ ਤੁਰਿਆ ਜਾਵੇ। ਅੱਛਾ, ਨੱਚਦਾ ਪੇ ਉਹ ਵੀ ਵਿਚਾਰਾ ਮੇਰੇ ਵਾਂਗੂ ਹਿਲਦਾ ਸੀ। ਅੱਛਾ, ਉਹ ਹਿਲਦਾ ਸੀ। ਉਹਨੇ ਉਹਨੂੰ ਬਾਹੋਂ ਫੜ ਲਿਆ, ਕਹਿੰਦੀ ਮੰਨ ਜਾ, ਉਹ ਹੁਣ ਗਾਲਾਂ ਕੱਢੀ ਜਾਵੇ ਉਹ ਛੱਡੇ ਵੀ ਨਾ, ਬੁੜੀਆਂ ਵੀ ਹੋਰ ਵੀ ਕਾਫੀ ਸੀਗੀ ਹਨਾ, ਤੇ ਉਹ ਹੁਣ ਕਹੇ ਮੰਨ ਜਾ ਤੂੰ ਹੁਣ ਜਾਣ ਦੇ, ਉਹ ਸਿਰ ਮਾਰਦਾ ਸੀ ਵੀ ਨਹੀਂ ਬਈ। ਉਹ ਬੜਾ ਸ਼ੁਗਰ ਬਣਾ, ਬੁੜੀਆ ਹੱਸਦੀ ਆਸਦੀ ਕਿਤੇ।